ਦੋਸਤੋ ਪੰਜਾਬ ਨੂੰ ਨਸ਼ਾ ਘੁਣਵਾ ਖਾ ਰਿਹਾ ਤੇ ਇਸ ਵਕਤ ਸਰਕਾਰਾਂ ਵੀ ਸਿਹਰਦ ਹੋ ਰਹੀਆਂ ਨੇ ਤੇ ਬਹੁਤ ਕਦਮ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲੀ ਦੇ ਵਿੱਚ ਦੇਖਿਆ ਜਾਵੇ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਐਲਾਨ ਕੀਤਾ ਕਿ ਹੁਣ ਸਰਕਾਰੀ ਮੁਲਾਜ਼ਮ ਜਾਂ ਪੁਲਿਸ ਵਾਲੇ ਹੋਣ ਜਾਂ ਦੂਜੇ ਸਰਕਾਰੀ ਮੁਲਾਜ਼ਮ ਹੋਣ ਉਹਨਾਂ ਦੀ ਭਰਤੀ ਸਮੇਂ ਜਾਂ ਫਿਰ ਜਦੋਂ ਉਹਨਾਂ ਦੀ ਕੋਈ ਤਰੱਕੀ ਹੁੰਦੀ ਹੈ ਉਸ ਸਮੇਂ ਉਹਨਾਂ ਦਾ ਡੋਪ ਟੈਸਟ ਕੀਤਾ ਜਾਵੇਗਾ। ਡੋਪ ਟੈਸਟ ਦੀ ਕੀ ਜ਼ਰੂਰਤ ਪੈ ਗਈ? ਇਹ ਸਰਕਾਰੀ ਮੁਲਾਜ਼ਮ ਇਸ ਬਾਰੇ ਕੀ ਸੋਚਦੇ ਨੇ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਖੇਤੀਬਾੜੀ ਵਿਭਾਗ ਦੇ ਵਿੱਚ ਪਹੁੰਚੇ ਹੋਇਆ ਸਾਡੇ ਨਾਲ ਸੀਨੀਅਰ ਅਧਿਕਾਰੀ ਮਜੂਰ ਨੇ ਕੀ ਨਾਮ ਚ ਤੁਹਾਡਾ ਕਰਮਿੰਦਰ ਸਿੰਘ ਜੀ ਸਰ ਕਿਦਾਂ ਦੇਖਦੇ ਆਂ ਸਰਕਾਰੀ ਮੁਲਾਜ਼ਮਾਂ ਦਾ ਹੁਣ ਡੋਪ ਟੈਸਟ ਹੋਇਆ ਕਰੂਗਾ ਡੋਪ ਟੈਸਟ ਭਰਤੀ ਦੇ ਸਮੇਂ ਤਾਂ ਹੋ ਜਾਣਾ ਚਾਹੀਦਾ ਜਿckਣਾ ਫੌਜ ਤੇ ਆਪਣੇ ਪੁਲਿਸ ਦਾ ਆਮ ਹੁੰਦਾ ਤੇ ਜਿਹੜੀ ਤਰੱਕੀ ਦੇ ਵੇਲੇ ਤਾਂ ਜਦ ਬੰਦਾ ਪਹਿਲਾਂ ਤੇ ਡੋਪ ਟੈਸਟ ਕਰਕੇ ਆਇਆ ਉਹ ਤਰੱਕੀ ਦੇ ਵੇਲੇ ਜ਼ਰੂਰੀ ਵੀ ਨਹੀਂ ਹੈ ਜੇ ਸਰਕਾਰ ਚਾਹੁੰਦੀ ਵੀ ਤਾਂ ਕੀ ਕਰ ਸਕਦੇ ਆ ਉਹ ਚਾਹੁੰਦੀ ਕਰ ਵੀ ਲਵੇ ਕੋਈ ਫਰਕ ਨਹੀਂ ਪੈਂਦਾ ਪੰਜਾਬ ਦੀ ਜੇ ਅਸੀਂ ਗੱਲ ਕਰੀਏ ਨਸ਼ਿਆਂ ਦੇ ਹਾਲਾਤਾਂ ਨੂੰ ਇਸ ਵਕਤ ਤੁਸੀਂ ਕਿਦਾਂ ਦੇਖਦੇ ਕਿਉਂਕਿ ਪੰਜਾਬ ਦੇ ਵਿੱਚ ਆਏ ਦਿਨ ਹਰ ਰੋਜ਼ ਹੁਣ ਖਬਰਾਂ ਛਾਪ ਰਹੀਆਂ ਨੇ ਕਿ ਨੌਜਵਾਨ ਲਗਾਤਾਰ ਨਸ਼ੇ ਦੇ ਕਰਕੇ ਮਰ ਰਹੇ ਨੇ ਪੰਜਾਬ ਵਿੱਚ ਨਸ਼ੇ ਦਾ ਤਾਂ ਸੁਣਿਆ ਹੀ ਹੈ ਜਿਆਦਾ ਵੀ ਵੀ ਨਸ਼ਾ ਕਰਦੇ ਆ ਜਵਾਨੀ ਜਵਾਨ ਮੁੰਡੇ ਬੱਚੇ ਪਰ ਇਹ ਨਹੀਂ ਹੋਣਾ ਚਾਹੀਦਾ ਪਰ ਮਾਪਿਆਂ ਨੂੰ ਵੀ ਕੋਈ ਸਮਝਾਉਣਾ ਚਾਹੀਦਾ ਬੱਚਿਆਂ ਨੂੰ ਕੁਝ ਉਹਨਾਂ ਦੇ ਟੀਚਰ ਜੋ ਸਕੂਲਾਂ 'ਚ ਪੜ੍ਹਦੇ ਬੱਚੇ ਛੋਟੇ ਨੂੰ ਉਹਨਾਂ ਨੂੰ ਦਾ ਸਮਝਾਉਣਾ ਚਾਹੀਦਾ ਬੇਟਾ ਵੀ ਨਸ਼ਾ ਨਹੀਂ ਕਰਨਾ ਚਾਹੀਦਾ ਮਾ ਮਾਪ ਨੂੰ ਬੱਚਿਆਂ ਤੇ ਨਿਗਾ ਰੱਖਣੀ ਚਾਹੀਦੀ ਆ ਤਾਂ ਕਿ ਜਵਾਨਾਂ ਬੱਚੇ ਖਰਾਬ ਨਾ ਹੋਣ ਅੱਗੇ ਜਾ ਕੇ ਦੇਸ਼ ਦੀ ਤਰੱਕੀ ਇਹਦਾ ਵੱਲੋਂ ਹੀ ਹੋਣੀ ਆ ਇਸ ਕਰਕੇ ਨਸ਼ਾ ਕਰਨ ਤੋਂ ਰੋਕਣਾ ਚਾਹੀਦਾ ਇਹ ਜੇ ਅਸੀਂ ਹਾਲਾਤਾਂ ਦੀ ਗੱਲ ਕਰੀਏ ਸਰਕਾਰੀ ਮੁਲਾਜ਼ਮ ਹੁਣ ਅਸੀਂ ਜਿੱਦਾਂ ਖਬਰ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਪੁਲਸ ਵਾਲੇ ਵੀ ਨਸ਼ਾ ਵਿਕਾਰ ਰਹੇ ਨੇ ਇਦਾਂ ਦੀਆਂ ਘਟਨਾਵਾਂ ਜਦੋਂ ਸਾਹਮਣੇ ਆਉਂਦੀਆਂ ਨੇ ਤੁਸੀਂ ਉਹਨਾਂ ਨੂੰ ਨਿੱਜੀ ਤੌਰ ਤੇ ਕਿੱਦਾਂ ਦੇਖਦੇ ਹੋ ਹਾਂਜੀ ਜਿਹੜਾ ਨਸ਼ਾ ਕਰਨ ਤੋਂ ਰੋਕਣ ਵਾਲਾ ਜੇ ਆਪੇ ਕਰਨਗੇ ਤਾਂ ਬਾਕੀ ਨੂੰ ਕੀ ਰੋਕਣਗੇ ਉਹ ਤਾਂ ਫਿਰ ਜਵਾਨੀ ਖਰਾਬ ਹੋਉਂਦੀ ਹੋਉਂਦੀ ਹੈ ਜੀ ਇਹ ਸਰਕਾਰ ਨੇ ਹੁਣ ਜਿਹੜਾ ਫੈਸਲਾ ਲਿਆ ਇਹਨੂੰ ਤੁਸੀਂ ਕਿੱਦਾਂ ਦੇਖਦੇ ਕਿ ਸਹੀ ਫੈਸਲਾ ਹੈ ਕਿ ਖਸਾਬ ਦੇ ਨਾਲ ਉਹ ਫੈਸਲਾ ਦੇਖੋ ਜੀ ਮੈਂ ਸਹੀ ਮੰਨਦਾ ਵੀ ਜਿਸ ਤੋਂ ਨੁਕਤੀ ਹੁੰਦੀ ਆ ਨਵੀਂ ਭਰਤੀ ਹੁੰਦੀ ਆ ਉਸ ਟਾਈਮ ਤੇ ਡਾਕਟਰ ਟੈਸਟ ਦੇਣ ਤੇ ਕੋਈ ਹਰਜ਼ ਨਹੀਂ ਬਾਅਦ ਵਿੱਚ ਤਾਂ ਮੈਨੂੰ ਨਹੀਂ ਮੰਨਦਾ ਕਿ ਹਰ ਟਾਈਮ ਪਰ ਤੰਗ ਕਰਨਾ ਦਾ ਹੁੰਦਾ ਮੁਰਾਜ਼ਿਮ ਨੂੰ ਜਦੋਂ ਭਰਤੀ ਹੁੰਦੀ ਹੈ ਨੌਜਵਾਨ ਭਰਤੀ ਹੁੰਦੇ ਨੇ ਉਦੋਂ ਇਹ ਡੋਪ ਟੈਸਟ ਜ਼ਰੂਰ ਲਾਜ਼ਮੀ ਕਰ ਦੇਣਾ ਚਾਹੀਦਾ ਕੀ ਨਾਮ ਕੀ ਤੁਹਾਡਾ ਹਰਿੰਦਰ ਸਿੰਘ ਕਿਦਾਂ ਦੇਖਦੇ ਸਰ ਤੁਸੀਂ ਡੋਪ ਟੈਸਟ ਹੋਇਆ ਕਰੂਗਾ ਸਰਕਾਰੀ ਮੁਲਾਜ਼ਮਾਂ ਦਾ ਬਹੁਤ ਅੱਛੀ ਚੀਜ਼ ਹੈ ਜੀ ਕਿਉਂਕਿ ਜਿਹੜੇ ਬੱਚੇ ਆਪਣੀ ਗਵਰਨਮੈਂਟ ਜੌਬ ਲੈਣਾ ਚਾਹੁੰਦੇ ਆ ਉਹਨਾਂ ਨੂੰ ਡਰਤਾ ਹੋਊਗਾ ਥੋੜਾ ਕਿ ਅੱਗੇ ਅger ਅਸੀਂ ਨਸ਼ਿਆਂ 'ਚ ਪੈ ਗਏ ਤਾਂ ਇੱਥੋਂ ਤਾਂ ਪਤਾ ਕੱਟਿਆਣਾ ਜਿੱਦਾਂ ਆਪਾਂ ਪੁਲਿਸ ਦੀ ਵੈਰੀਫਿਕੇਸ਼ਨ ਲਈ ਕਹਿੰਦੇ ਆ ਕਿ ਕੋਈ ਇਹੋ ਜਿਹਾ ਕੰਮ ਨਾ ਕਰੀਏ ਕਿ ਕੱਲ ਉਹ ਫੇਲ ਹੋ ਜਾਈਏ ਉਸੇ ਤਰ੍ਹਾਂ ਇਹਦੇ ਜੀ ਵੀ ਉਹ ਨਸ਼ੇ ਨਹੀਂ ਕਰਨਗੇ ਜਿਹੜੇ ਬੱਚੇ ਮਤਲਬ ਚਾਹੁੰਦੇ ਆ ਕਿ ਇਹੀ ਗਵਰਨਮੈਂਟ ਜੌਬ ਕਰਨੀ ਆ ਉਹਦਾ ਫਰਕ ਪਏਗਾ ਔਰ ਠੀਕ ਹੈ ਗਵਰਨਮੈਂਟ ਵੱਲੋਂ ਵਧੀਆ ਇਹ ਸੁਝਾਅ ਹੈਗਾ ਇਹਦੇ ਨਾਲ ਕੁਝ ਕੰਟਰੋਲ ਤਾਂ ਹੋਏਗਾ ਤੁਹਾਡੇ ਹਿਸਾਬ ਦੇ ਨਾਲ ਕੀ ਕਾਰਨ ਆ ਕਿ ਪੰਜਾਬ ਦੇ ਵਿੱਚ ਇਸ ਵਕਤ ਜਿਹੜਾ ਨਸ਼ਾ ਹੈ ਲਗਾਤਾਰ ਵੱਧਦਾ ਜਾ ਰਿਹਾ ਇੱਕ ਤਾਂ ਬਾਰਡਰ ਸਟੇਟ ਹੈ ਬਾਹਰੋਂ ਆਂਦੇ ਆ ਬਹੁਤ ਜ਼ਿਆਦਾ ਇੱਕ ਕੁਝ ਜਿਹੜੀ ਜੰਦੂਆਂ ਦੀਆਂ ਜ਼ਮੀਨਾਂ ਦੇ ਰੇਟ ਵਧੇ ਆ ਉਦੋਂ ਤੋਂ ਲੋਕਾਂ ਕੋਲ ਪੈਸਾ ਬਹੁਤ ਹੋ ਗਿਆ ਔਰ ਉਹ ਬੱਚੇ ਮੈਂ ਦੇਖਿਆ ਕਿ ਆ ਜਿਹੜੀ ਆ ਲਾਂਡਰਾ ਬੈਲਟ ਵਗੈਰਾ ਇਹ ਇੱਧਰ ਬਹੁਤ ਸਾਰੇ ਬੱਚੇ ਇਸ ਚੀਜ਼ ਨੂੰ ਪੈ ਗਏ ਆ ਉਹ ਮਤਲਬ ਪੇਰੈਂਟਸ ਤੋਂ ਕੰਟਰੋਲ ਨਹੀਂ ਹੋਏ ਆ ਜੋ ਵੀ ਕਹਿ ਲੋ ਮਤਲਬ ਇਸ ਚੀਜ਼ ਦਾ ਅਫੈਕਟ ਪਿਆ ਹੈ ਉਹ ਬੱਚਿਆਂ ਨੂੰ ਖੁੱਲਾ ਖਰਚਾ ਮਿਲਿਆ ਔਰ ਉਹਨਾਂ ਨੇ ਆਪਣੇ ਇਸ ਪਾਸੇ ਨਸ਼ੇ ਜਿ ਪਏ ਆ ਕਿਦਾਂ ਪੰਜਾਬ ਦੀ ਜਵਾਨੀ ਨੂੰ ਤੁਹਾਡੇ ਹਿਸਾਬ ਦੇ ਨਾਲ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਇੱਕ ਆ ਕਦਮ ਵੀ ਸਰਕਾਰ ਦਾ ਚੁੱਕਿਆ ਇਹਨੂੰ ਤੁਸੀਂ ਕਿਦਾਂ ਲਈ ਇਹ ਕਦਮ ਠੀਕ ਹੈ ਅੱਛਾ ਕਦਮ ਹੈ ਹਾਂਜੀ ਔਰ ਬਾਕੀ ਮੇਨ ਤਾਂ ਇਹ ਸਰਕਾਰ ਨਾਲੋਂ ਪੇਰੈਂਟਸ ਨੂੰ ਜ਼ਿਆਦਾ ਆਪਣਾ ਧਿਆਨ ਰਣਾ ਹੁਣ ਸਾਡੇ ਬੱਚੇ ਆ ਤੇ ਸ਼ਾਮ ਨੂੰ ਰੋਜ਼ ਚੈੱਕ ਕਰਨਾ ਪੈਂਦਾ ਕਿ ਠੀਕ ਠਾਕ ਹੈ ਕਿਦਾ ਇਦਾਂ ਲੰਮਾ ਅਬਨਾਰਮਲ ਤਾਂ ਨਹੀਂ ਹੈ ਕੁਝ ਨਾ ਆਪਣੇ ਜਿਆਦਾ ਪੇਰੈਂਟਸ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਹੈ ਪਰਿਵਾਰ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਕਿਉਂਕਿ ਤਾਂ ਹੀ ਬੱਚੇ ਜਿਹੜੇ ਆ ਸਹੀ ਰਹਿਣ ਹਾਂਜੀ ਗਵਰਨਮੈਂਟ ਹਰੇਕ ਜਗ੍ਹਾ ਤੇ ਤਾਂ ਹਰੇਕ ਬੱਚੇ ਨੂੰ ਠੀਕ ਹੈ ਕਾਲਜ ਵਗੈਰਾ ਤੇ ਉਹਨਾਂ ਨੂੰ ਚੈੱਕ ਰੱਖਣਾ ਚਾਹੀਦਾ ਹੈ ਉੱਥੇ ਸਾਰਾ ਕੁਝ ਮਤਲਬ ਕੁਚੇ ਸੀ ਆਈ ਡੀ ਵਗੈਰਾ ਦੇ ਬੰਦੇ ਵਗੈਰਾ ਛੱਡਣੇ ਚਾਹੀਦੇ ਕਿ ਕੋਈ ਇਦਾਂ ਦਾ ਤਾਂ ਨਹੀਂ ਪੈਡਲਰ ਵਗੈਰਾ ਤਾਂ ਨਹੀਂ ਹੈ ਪਰ ਬਾਕੀ ਤਾਂ ਮੇਨ ਆਪਣਾ ਪੀਰੈਂਟਸ ਨੂੰ ਵੀ ਦੇਖਣਾ ਚਾਹੀਦਾ ਕਿ ਖੁੱਲਾ ਖਰਚਾ ਨਾ ਦੇਣ ਉਹਨਾਂ ਨੂੰ ਧਿਆਨ ਨਾਲ ਮਤਲਬ ਕਿ ਪਰਿਵਾਰ ਸਿਰਫ ਘਰ ਦੇ ਵਿੱਚ ਬੱਚਿਆਂ ਦੀ ਦੇਖਰੇਖ ਕਰ ਸਕਦਾ ਜੋ ਸਕੂਲਾਂ ਦੇ ਵਿੱਚ ਜਾਂ ਕਾਲਜਾਂ ਵਿੱਚ ਬੱਚੇ ਜਾਂਦੇ ਨੇ ਉੱਥੇ ਕਿਤੇ ਨਾ ਕਿਤੇ ਚੈੱਕ ਜ਼ਰੂਰ ਰੱਖਣਾ ਚਾਹੀਦਾ ਕੀ ਨਾਮ ਤੇ ਤੁਹਾਡਾ ਮੈਂ ਤਾਂ ਅਮਰਿਤਪਾਲ ਸਿੰਘ ਚਾਵਲਾ ਸਰ ਕਿੱਦਾਂ ਦੇਖਦੇ ਹੋ ਪੰਜਾਬ ਸਰਕਾਰ ਨੇ ਹੁਣ ਇੱਕ ਫੈਸਲਾ ਕੀਤਾ ਕਿ ਸਰਕਾਰੀ ਮੁਲਾਜ਼ਮ ਚਾਹੇ ਪੁਲਿਸ ਮੁਲਾਜ਼ਮ ਹੋਣ ਚਾਹੇ ਦੂਜੇ ਆਧਾਰਾਂ ਤੇ ਮੁਲਾਜ਼ਮ ਹੋਣ ਉਹਨਾਂ ਦਾ ਡੋਪ ਟੈਸਟ ਹੋਇਆ ਕਰੂਗਾ ਕਿੱਦਾਂ ਦੇਖਦੇ ਬੜਾ ਜ਼ਰੂਰੀ ਹੈ ਜੀ ਇਹ ਜਿਹੜਾ ਡੋਪ ਟੈਸਟ ਕਰਨਾ ਇਹ ਲੋਕਾਂ ਦੇ ਉੱਤੇ ਜ਼ਿਆਦਾ ਜਾਗਰੂਤ ਵੀ ਇਕੱਠਾ ਹੋਏਗਾ ਤੇ ਬਾਕੀ ਇਹ ਹੈ ਵੀ ਜਿਹੜੀ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਹੈ ਇਹਨਾਂ ਨੂੰ ਸਾਡੇ ਪੇਰੈਂਟਸ ਨੂੰ ਵੀ ਧਿਆਨ ਰੱਖਣਾ ਚਾਹੀਦਾ ਤੇ ਬੱਚਿਆਂ ਨੂੰ ਖੁਦ ਵੀ ਦੇਖਣਾ ਚਾਹੀਦਾ ਵੀ ਇਹ ਜਿਹੜੀ ਬੱਚੇ ਮਰ ਰਹੇ ਨੇ ਇਹ ਰੀਜ਼ਨ ਕੀ ਹੈ ਸਾਡਾ ਪੰਜਾਬ ਨਹੀਂ ਸਾਡਾ ਸਾਰਾ ਦੇਸ਼ ਹੀ ਇਸ ਫਸਿਆ ਆ ਬਾਕੀ ਇਹ ਹੈ ਵੀ ਜਿਹੜੇ ਆ ਬੱਚੇ ਕਰ ਰਹੇ ਨੇ ਇਹਨਾਂ ਨੂੰ ਸੈਕਸ ਬਾਰੇ ਵੀ ਬਿਲਕੁਲ ਡੈਮੇਜ ਹੋ ਚੁੱਕੇ ਨੇ ਇਹਨਾਂ ਨੂੰ ਕੋਈ ਨਹੀਂ ਪਤਾ ਕਿ ਵੀ ਕੀ ਚੀਜ਼ ਹੁੰਦੀ ਹੈ ਮੈਂ ਜਦੋਂ ਜਵਾਨੀ ਸੀਗਾ ਮੈਨੂੰ ਇਸ ਬਾਰੇ ਪਤਾ ਹੀ ਵੀ ਨਹੀਂ ਸੀਗਾ ਤੇ ਹੁਣ ਜਿਹੜੇ ਬੱਚੇ ਜਿਹੜੇ ਹੈਗੇ ਨੇ ਉਹ ਮੋਬਾਈਲਾਂ ਨੂੰ ਦੇਖਦੇ ਨੇ ਤੇ ਅੱਧੇ ਜਿਹਨੂੰ ਕਹ ਦੋ ਨਿਪੁੰਸਕ ਵੀ ਹੋ ਚੁੱਕੇ ਨੇ ਜੇ ਅਸੀਂ ਗੱਲ ਕਰੀਏ ਤੁਹਾਡੇ ਹਿਸਾਬ ਦੇ ਨਾਲ ਕਿਉਂ ਵੱਧਦਾ ਜਾ ਰਿਹਾ ਨਸ਼ਾ ਪੰਜਾਬ ਦੀ ਪੰਜਾਬ ਦੀ ਖਾਸ ਕਰਕੇ ਗੱਲ ਕਰੀਏ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਇਸੇ ਹੀ ਅਖਬਾਰਾਂ ਦੇ ਵਿੱਚ ਖਬਰਾਂ ਛਪੀਆਂ ਨੇ ਕਿ 20 ਸਾਲ 22 ਸਾਲ 28 ਸਾਲ ਦੇ ਨੌਜਵਾਨ ਚਿੱਟੇ ਦੀ ਓਵਰਡੋਸ ਕਰਕੇ ਮਰ ਗਏ ਨੇ ਕਿੱਦਾਂ ਤੁਸੀਂ ਦੇਦੇ ਕਿਉਂ ਬੱਦ ਰਹੇ ਨੇ ਇਹ ਤੇ ਜਿਹੜੇ ਹੈਗੇ ਨੇ ਜੋ ਅਖਬਾਰਾਂ ਕਹਿੰਦੀਆਂ ਨੇ ਵੀ ਇਹ ਜਿਹੜਾ ਨਸ਼ਾ ਆ ਰਿਹਾ ਜਾਂ ਤੇ ਪਾਕਿਸਤਾਨ ਤੋਂ ਆ ਰਿਹਾ ਜਾਂ ਅਫਗਾਨਿਸਤਾਨ ਤੋਂ ਆ ਰਿਹਾ ਹੈ ਤੇ ਇਹ ਫਿਰ ਜਿਹੜੇ ਹੈਗੇ ਨੇ ਨਸ਼ੇ ਦੇ ਠੇਕੇਦਾਰ ਜਿਹੜੇ ਵੇਚਦੇ ਫਿਰਦੇ ਨੇ ਇਹ ਉਹਨਾਂ ਨੂੰ ਪੁਲਿਸ ਨੂੰ ਚਾਹੀਦਾ ਹੈ ਜਾਂ ਵਿਜੀਲੈਂਸ ਨੂੰ ਚਾਹੀਦਾ ਵੀ ਇਹਨਾਂ ਦਾ ਪੂਰਾ ਤਿਆਰ ਰੱਖਿਆ ਜਾਵੇ ਤਾਂ ਇਹਨਾਂ ਦਾ ਕੰਟਰੋਲ ਹੋ ਸਕਦਾ ਹੈ ਤੁਹਾਡੀ ਅਸੀਂ ਗੱਲ ਕਰੀਏ ਤੁਸੀਂ ਸਰਕਾਰੀ ਮੁਲਾਜ਼ਮ ਹੋ ਸਰਕਾਰ ਨੂੰ ਕੀ ਸ਼ੱਕਾ ਆਪਣੇ ਮੁਲਾਜ਼ਮਾਂ ਤੇ ਵੀ ਉਹ ਵੀ ਨਸ਼ਾ ਕਰਦੇ ਹੋ ਸਕਦੇ ਨੇ ਮੇਰਾ ਖਿਆਲ ਹੋ ਵੀ ਸਕਦਾ ਸਾਰੇ ਤੇ ਦੁੱਧ ਦੇ ਤੋਤੇ ਨਹੀਂ ਹੈਗੇ ਸਾਰੇ ਇਦਾਂ ਹੀ ਹੈ ਕੋਈ ਚੰਗੇ ਵੀ ਹੈ ਮੰਦੇ ਵੀ ਹੈ ਸਾਰੇ ਏਮਪਲਾਈ ਨੂੰ ਚੈੱਕ ਕਰਨਾ ਵੀ ਚਾਹੀਦਾ ਹੈ ਇਸ ਚੀਜ਼ ਨੂੰ ਪੁਲਿਸ ਦੀ ਬੜੀ ਮਿਲੀਭੁਗਤ ਸਾਹਮਣੇ ਆਈ ਹੁਣ ਪਿਛਲੇ ਦਿਨਾਂ ਦੇ ਵਿੱਚ ਕਿ ਕੁਝ ਪੁਲਿਸ ਮੁਲਾਜ਼ਮ ਸੀਨੀਅਰ ਪੁਲਿਸ ਮੁਲਾਜ਼ਮ ਹੀ ਸਰਕਾਰ ਦੇ ਨਸ਼ਾ ਜਣ ਕੀ ਪੰਜਾਬ ਦੇ ਵਿੱਚ ਨਸ਼ਾ ਫਲਾਉਣ ਦੇ ਵਿੱਚ ਕਿਤਨੇ ਕਿਤੇ ਸਰਕਾਰ ਨੂੰ ਧੋਖਾ ਦੇ ਰਹੇ ਸੀਗੇ ਕਿਦਾਂ ਦੇਖਦੇ ਆ ਜਿਹੇ ਮੁਲਾਜ਼ਮ ਜਦੋਂ ਅਜਿਹੀ ਕਾਰਵਾਈ ਕਰਦੇ ਤੇ ਇਹ ਜਿਹੜੀ ਹੈਗੀ ਆ ਸਾਡੇ ਜਿਹੜੇ ਪੰਜਾਬ ਦੇ ਜਿਹੜੇ ਵੱਡੇ ਵੱਡੇ ਸਾਡੇ ਪੋਲੀਟੀਕਲ ਬੰਦੇ ਕਹਿ ਲਓ ਇਹਨਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਜਿਹੜੇ ਉਹਨਾਂ ਨੂੰ ਵੀ ਇਹਨਾਂ ਸਾਰੇ ਬਾਰੇ ਧਿਆਨ ਰੱਖਣਾ ਚਾਹੀਦਾ ਹੈ ਤੇ ਸੀਆਈਡੀ ਜਿਹੜੀ ਹੈਗੀ ਹੈ ਜਿਹੜੇ ਇਹ ਕੰਮ ਕਰਦੇ ਨੇ ਉਹਨਾਂ ਨੂੰ ਪਕੜਨਾ ਚਾਹੀਦਾ ਫਿਲਹਾਲ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਦੇ ਹਾਂ ਬ੍ਰੇਕ ਤੋਂ ਬਾਅਦ ਹੋਰ ਮੁਲਾਜ਼ਮਾਂ ਦੇ ਨਾਲ ਗੱਲ ਕਰਾਂਗੇ ਪੁੱਛਾਂਗੇ ਕਿ ਸਰਕਾਰ ਦੇ ਇਸ ਫੈਸਲੇ ਨੂੰ ਉਹ ਕਿਦਾਂ ਦੇਖਦੇ ਨੇ ਕਿਉਂਕਿ ਹਾਲੇ ਤੱਕ ਇਹ ਮੁਲਾਜ਼ਮ ਇਹਨਾਂ ਦਾ ਇਹੀ ਕਹਿਣਾ ਹੈ ਕਿ ਸਰਕਾਰ ਨੇ ਇਹ ਫੈਸਲਾ ਕੁਝ ਸੋਚ ਸਮਝ ਕੇ ਲਿਆ ਹੈ ਤੇ ਕੁਝ ਚੰਗਾ ਕਰਨ ਦੇ ਲਈ ਲਿਆ ਹੈ ਸੋ ਨਸ਼ਾ ਜਿਹੜਾ ਪੰਜਾਬ ਵਿੱਚ ਲਗਾਤਾਰ ਵਧਦਾ ਜਾ ਰਿਹਾ ਇੱਕ ਵੱਡੀ ਸਮੱਸਿਆ ਹੈ ਹੋਰ ਮੁਲਾਜ਼ਮਾਂ ਦੇ ਨਾਲ ਗੱਲ ਕਰਾਂਗੇ ਪੁੱਛਾਂਗੇ ਕਿ ਸਰਕਾਰੀ ਮੁਲਾਜ਼ਮਾਂ ਦੇ ਡੋਪ ਟੈਸਟ ਨੂੰ ਫੈਸਲੇ ਨੂੰ ਉਹ ਕਿਦਾਂ ਦੇਖਦੇ ਨੇ ਖੇਤੀਬਾੜੀ ਵਿਭਾਗ ਦੇ ਵਿੱਚ ਸਰਕਾਰੀ ਮੁਲਾਜ਼ਮ ਸਾਡੇ ਨਾਲ ਮੌਜੂਦ ਨੇ ਸੀਨੀਅਰ ਡਿਪਟੀ ਸਰ ਸਰ ਕੀ ਨਾਮ ਜੀ ਤੁਹਾਡਾ ਅਮਰ ਸਰ ਕਿੱਦਾਂ ਦੇਖਦੇ ਆ ਸਰਕਾਰ ਨੇ ਇਹ ਹੁਣ ਸੈנסਲਾ ਕੀਤਾ ਕਿ ਸਰਕਾਰੀ ਮੁਲਾਜ਼ਮਾਂ ਦਾ ਡੋਪ ਟੈਸਟ ਹੋਇਆ ਕਰੂਗਾ ਕਿੱਦਾਂ ਦੇਖਦੇ ਇਸ ਤਰ੍ਹਾਂ ਜੀ ਵੈਸੇ ਤੇ ਸਰਕਾਰ ਦਾ ਇਹ ਬਹੁਤ ਵਧੀਆ ਫੈਸਲਾ ਹੈ ਕਿਉਂਕਿ ਆਪਾਂ ਨੂੰ ਪਤਾ ਹੈ ਵੀ ਜਿਹੜੇ ਸਮੱਗਲਰ ਨੇ ਇਹ ਨਸ਼ਿਆਂ ਦੇ ਸਸੋਦਾਗਰ ਨੇ ਇਹ ਇਹਨਾਂ ਨੇ ਪੈਰ ਤਾਂ ਸਾਰੇ ਦੁਨੀਆਂ 'ਚ ਪਸਾਰੇ ਹੋਏ ਨੇ ਇਵਨ ਕਹਿੰਦੇ ਨੇ ਤੁਸੀਂ ਪਤਾ ਕਰੋ ਵੀ ਯੂਨੋ ਵੀ ਹੱਥ ਖੜੇ ਕਰ ਗਿਆ ਵੀ ਇਹ ਨਸ਼ਿਆਂ ਦੇ ਸਦਾਗਰਾਂ ਨੂੰ ਕਾਬੂ ਕਰਨਾ ਬਤੁਅਕ ਹੈ ਪਰ ਇਹ ਸਾਡੇ ਮੁੱਖ ਮੰਤਰੀ ਜੀ ਨੇ ਜਿਹੜਾ ਫੈਸਲਾ ਕੀਤਾ ਹੈ ਇਹਦੇ ਨਾਲ ਕਾਫੀ ਫਰਕ ਪਾਊਗਾ ਤੇ ਇਹ ਚੰਗਾ ਕਦਮ ਹੈ ਸਰਕਾਰ ਦਾ ਇੱਕ ਸਰਕਾਰ ਕਹਿੰਦੀ ਹੈ ਕਿ ਇੱਕ ਤਾਂ ਭਰਤੀ ਵੇਲੇ ਡੋਪ ਟੈਸਟ ਹੋਇਆ ਕਰੂਗਾ ਅਤੇ ਦੂਜਾ ਉਦੋਂ ਜਦੋਂ ਕੋਈ ਵੀ ਕਿਸੇ ਬੰਦੇ ਦੀ ਤਰੱਕੀ ਹੋਣੀ ਹੈ ਤੇ ਕਿੱਦਾਂ ਦੇਖਦੇ ਆ ਤਰੱਕੀ ਵਾਲੇ ਫੈਸਲੇ ਨੂੰ ਕਿੱਦਾਂ ਦੇਖਦੇ ਆ ਭਰਤੀ ਸਮੇਂ ਤਾਂ ਅਸੀਂ ਚਲੋ ਮੰਨਦੇ ਵੀ ਕੁਝ ਅਧਿਕਾਰ ਕਹਿੰਦੇ ਵੀ ਠੀਕ ਆ ਜਿਹੜਾ ਤਰੱਕੀ ਸਮੇਂ ਡੋਪ ਟੈਸਟ ਹੋਣਾ ਉਹਨੂੰ ਕਿੱਦਾਂ ਦੇਖਦੇ ਬਿਲਕੁਲ ਠੀਕ ਹੈ ਇਹ ਤਰੱਕੀ ਵਾਲਾ ਕੰਮ ਵੀ ਜੇ ਬੰਦਾ ਅਸਲ ਵਿੱਚ ਨਸ਼ਾ ਉਦੋਂ ਕਰਦਾ ਜਦੋਂ ਉਹਦੇ ਕੋਲ ਪੈਸੇ ਵੱਧ ਆਉਂਦੇ ਆ ਤੇ ਜਿਹੜੇ ਵੀ ਸਰਕਾਰੀ ਮੁਲਾਜ਼ਮ ਕੋਈ ਕਰਾਪਸ਼ਨ ਚ ਜਾਂ ਉਦਾਂ ਫਸਦੇ ਆ ਪੈਸੇ ਵੱਧ ਆਉਂਦੇ ਆ ਫਿਰ ਨਸ਼ੇ ਤੇ ਹੋਰ ਗਲਤ ਕੰਮ ਕਰਦੇ ਆ ਤੇ ਇਹ ਤਰੱਕੀ ਸਮੇ ਇਹ ਗੱਲ ਬਹੁਤ ਵਧੀਆ ਕੰਮ ਕਰ ਕੋ ਵੈਸੇ ਤਾਂ ਇਹ ਕੋਈ ਨਾ ਕੋਈ ਪ੍ਰੈਸ਼ਰ ਪਾ ਕੇ ਪ੍ਰੋਮੋਸ਼ਨ ਲੈ ਜਾਂਦੇ ਆ ਭਾਵੇਂ ਉਹ ਕੰਮ ਨਾ ਵੀ ਕਰਦੇ ਹੁਣ ਤਾਂ ਵੀ ਇਨਕੁਆਇਰੀ ਚਲਦੀ ਹੋਵੇ ਤਾਂ ਵੀ ਪਰ ਇਹ ਸਰਕਾਰ ਨੇ ਬੜਾ ਵਧੀਆ ਕੀਤਾ ਜੇ ਵਾਕਈ ਡੋਪ ਟੈਸਟ ਵਿੱਚ ਨਸ਼ਾ ਸਾਬਤ ਹੁੰਦਾ ਤੇ ਉਹ ਜੋ ਬੰਦੇ ਨੂੰ ਪ੍ਰੋਮੋਸ਼ਨ ਨਹੀਂ ਕਰ ਦੇਣੀ ਨਹੀਂ ਬਣਦੀ ਜੇ ਪੰਜਾਬ ਦੀ ਅਸੀਂ ਗੱਲ ਕਰੀਏ ਖਾਸ ਕਰਕੇ ਨਸ਼ਿਆਂ ਦੇ ਹਾਲਾਤ ਤੁਸੀਂ ਕਿਦਾਂ ਦੇਖਦੇ ਹੋ ਕਿਉਂਕਿ ਨੌਜਵਾਨ ਨਿਤ ਖਬਰਾਂ ਛਾਪ ਰਹੀਆਂ ਨੇ ਅਖਬਾਰਾਂ ਦੇ ਵਿੱਚ ਕਿ ਓਵਰਡੋਜ਼ ਕਰਕੇ ਮਰ ਰਹੇ ਇਹਦੇ ਵਿੱਚ ਦੋ ਪੱਖ ਨੇ ਇੱਕ ਤਾਂ ਇਹ ਹੈ ਕਿ ਕਿਉਂਕਿ ਹੁਣ ਥੋੜੀ ਜੀ ਇਹਦੇ ਵਿੱਚ ਓਵਰਡੋਜ਼ ਦਾ ਵੀ ਹੋਏਗਾ ਕੋਈ ਬਹਲਾ ਨਹੀਂ ਮੈਂ ਉਹਦੇ ਬਾਰੇ ਆਪਾਂ ਦੱਸ ਸਕਦੇ ਪਰ ਐਂ ਲੱਗਦਾ ਵੀ ਕੋਈ ਨਸ਼ਿਆਂ ਦੀ ਜਿਹੜੀ ਹੁਣ ਵਿਕਰੀ ਆ ਕੁਝ ਘਟਣ ਕਰਕੇ ਜਿਵੇਂ ਨਸ਼ਾ ਨਾ ਮਿਲੇ ਉਹਦੇ ਤੋਟ ਨਾਲ ਮਰਦੇ ਹੁਣ ਤਾਂ ਆਪਾਂ ਕਹਿ ਨਹੀਂ ਸਕਦੇਗੇ ਇਹ ਮਤਲਬ ਇਦਾਂ ਦਾ ਹੈਗਾ ਕੋਈ ਵੱਦ ਡੋਜ਼ ਵਾਲਾ ਕੋਈ ਹੋਣਗੇ ਜਿਹੜੇ ਕਰ ਰਹੇ ਆ ਪਰ ਮੈਨੂੰ ਲੱਗਦਾ ਵੀ ਇਹ ਨਸ਼ਿਆਂ ਦੇ ਉੱਤੇ ਹੁਣ ਸਕੰਜਾ ਕੱਸਿਆ ਉਹਦੇ ਕਰਕੇ ਜਿਹੜੇ ਨਸ਼ੇ ਦੇ ਆਦੀ ਸੀਗੇ ਉਹਨਾਂ ਨੂੰ ਨਾਂ ਨਸ਼ਾ ਮਿਲਣ ਕਰਕੇ ਮੇਬੀ ਪੋਸੀਬਲ ਕਿ 2-4% ਇਹੋ ਜਿਹੇ ਕੇਸ ਆ ਰਹੇ ਹੁਣ ਸਾਹਮਣੇ ਆ ਰਹੇ ਹੋਣ ਕੀ ਨਾਮ ਜੀ ਮੇਰਾ ਨੰਦ ਲਾਲ ਸੁਪਰਡੈਂਟ ਆ ਜੀ ਮੈਂ ਡਾਇਰੈਕਟੋਰੇਟ ਆਗਰੀਕਲਚਰ ਜੀ ਕਿੱਦਾਂ ਦੇਖਦੇ ਤੁਸੀਂ ਜਿਹੜੇ ਹਾਲਾਤ ਇਸ ਵਕਤ ਬਣੇ ਹੋਏ ਨੇ ਤੇ ਦੂਜਾ ਇਹ ਸਰਕਾਰ ਨੇ ਫੈਸਲਾ ਕੀਤਾ ਕਿ ਡੋਪ ਟੈਸਟ ਹੋਇਆ ਕਰੂਗਾ ਸਰਕਾਰੀ ਮੁਲਾਜ਼ਮਾਂ ਦਾ ਭਰਤੀ ਸਮੇ ਜਾਂ ਫਿਰ ਉਹਨਾਂ ਦੀ ਤਰੱਕੀ ਸਮੇ ਕਿੱਦਾਂ ਦੇਖਦੇ ਦੇਖੋ ਇਹ ਸਰਕਾਰ ਦਾ ਜਿਹੜਾ ਕਦਮ ਹੈ ਬਹੁਤ ਹੀ ਵਧੀਆ ਹੈ ਸ਼ਲਾਗਾਯੋਗ ਹੈ ਕਿ ਅਗਰ ਜਿਹੜਾ ਕੋਈ ਨੌਜਵਾਨ ਭਰਤੀ ਹੋਣ ਲੱਗਿਆ ਹੈ ਅਗਰ ਉਹ ਨਸ਼ਿਆਂ ਦਾ ਆਦੀ ਹੈਗਾ ਤਾਂ ਫਿਰ ਉਹ ਸਰਕਾਰੀ ਮੁਲਾਜ਼ਮ ਬਣ ਕੇ ਅੱਗੇ ਕੀ ਕੁਝ ਕਰੇਗਾ ਜਿਹੜੇ ਅਸੀਂ ਤਰੱਕੀ ਵੇਲੇ ਦੀ ਗੱਲ ਕਰੀਏ ਤਰੱਕੀ ਵੇਲੇ ਡੋਪ ਟੈਸਟ ਹੋਇਆ ਕਰੂਗਾ ਉਹਨੂੰ ਕਿਦਾਂ ਦੇ ਦੇ ਉਹ ਵੀ ਠੀਕ ਹੈ ਦੇਖੋ ਹੁਣ ਤਰੱਕੀ ਮੰਨ ਲਓ ਕਿਸੇ ਵੀ ਪੋਸਟ ਤੋਂ 10 ਸਾਲ ਬਾਅਦ ਹੁੰਦੀ ਹੈ ਤੇ ਐਂਟਰੀ ਦੇ ਟਾਈਮ ਉਹ ਮੁਲਾਜ਼ਮ ਠੀਕ ਸੀਗਾ ਤੇ ਉਹ ਕਿਹਾ 8-10 ਸਾਲ ਦੇ ਵਿੱਚ ਉਹ ਨਸ਼ਿਆਂ ਦਾ ਆਦੀ ਤਾਂ ਨਹੀਂ ਹੋ ਗਿਆ ਇਹ ਵੀ ਬਹੁਤ ਵੱਡਾ ਛਲਾਗਾਯੋ ਕਦਮ ਹੈ ਸਰਕਾਰ ਦਾ ਜੀ ਅਸੀਂ ਪੰਜਾਬ ਦੀ ਹਾਲਾਤਾਂ ਦੀ ਗੱਲ ਕਰੀਏ ਨਸ਼ਾ ਇਸ ਵਕਤ ਬਹੁਤ ਜ਼ਿਆਦਾ ਪੰਜਾਬ ਲਈ ਗੰਭੀਰ ਸਮੱਸਿਆ ਬਣਿਆ ਹੋਇਆ ਤੁਸੀਂ ਕਿੱਦਾਂ ਦੇਖਦੇ ਕੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਲਗਾਤਾਰ ਵਾਧਾ ਕਿਉਂ ਚੁਗਾ ਇਹਦੇ ਬਾਰੇ ਹੁਣ ਕੀ ਕਹਿ ਸਕਦਾ ਜੀ ਮੈਂ ਦੇਖੋ ਅੱਤ ਤਾਂ ਇਹ ਮਾੜੀਆਂ ਹੈ ਹੀ ਹੈ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਸਮਾਜ ਦੇ ਵਿੱਚ ਕਿਹਾਂ ਉਹਨਾਂ ਦੀ ਕੋਈ ਕਦਰ ਵੀ ਕਰਦਾ ਹੈ ਜੇਕਰ ਪਤਾ ਲੱਗਦਾ ਹੈ ਨਾ ਪਰਿਵਾਰ 'ਚ ਕੋਈ ਕਦਰ ਕਰਦਾ ਹੈ ਤੇ ਨਾ ਕੋਈ ਸਮਾਜ ਉਹਨਾਂ ਦੀ ਕਦਰ ਹੁੰਦੀ ਹੈ ਇਹ ਬਿਲਕੁਲ ਨਜਾਇਜ਼ ਹੈ ਇਹ ਨਹੀਂ ਹੋਣਾ ਚਾਹੀਦਾ ਇਨਸ਼ਾ ਅੱਲਾਹ ਜਾਦ ਦੇ ਵਿੱਚ ਜਿਹੜਾ ਨਸ਼ਾ ਫੈਲ ਰਿਹਾ ਉਹ ਨਹੀਂ ਹੋਣਾ ਚਾਹੀਦਾ ਤੁਹਾਡੇ ਸਾਹਮਣੇ ਤੇ ਸਰਕਾਰ ਦਾ ਫੈਸਲਾ ਤੁਹਾਡੇ ਵੱਲੋਂ ਸਹੀ ਬਿਲਕੁਲ ਬਿਲਕੁਲ ਸਲਾਘਾਯੋਗ ਹੈ ਜੀ ਸਲਾਘਾਯੋਗ ਹੈ ਕਿ ਨਾਮ ਕੀ ਤੁਹਾਡਾ ਕੁਲਵਿੰਦਰ ਸਿੰਘ ਹੈ ਜੀ ਸਰ ਕਿਦਾਂ ਦੇਈਦੇ ਸਰਕਾਰ ਕਹਿੰਦੀ ਹੁਣ ਸਰਕਾਰੀ ਮੁਲਾਜ਼ਮਾਂ ਦਾ ਡੋਪ ਟੈਸਟ ਹੋਇਆ ਕਰੂਗਾ ਪੁਲਿਸ ਵਾਲੇ ਹੋਣ ਜਾਂ ਭਰਤੀ ਵੇਲੇ ਅਤੇ ਜਦੋਂ ਭਰਤੀ ਤੋਂ ਬਾਅਦ ਉਹਨਾਂ ਦੀ ਪ੍ਰਮੋਸ਼ਨ ਹੁੰਦੀ ਹੈ ਤਰੱਕੀ ਹੁੰਦੀ ਹੈ ਉਸ ਵੇਲੇ ਡਰਗ ਟੈਸਟ ਹੋਇਆ ਕਰੂਗਾ ਕਿਦਾਂ ਦੇ ਦਿੱਤੇ ਚੰਗੀ ਗੱਲ ਹੈ ਸੋਚਦੇ ਆਂ ਜੀ ਇਹ ਵੀ ਇਹ ਹੋਣਾ ਚਾਹੀਦਾ ਵੀ ਕੋਈ ਬੰਦਾ ਨਸ਼ੇ ਕਰਦਾ ਜੇ ਹੁਣ ਇਹ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕਰਿਆ ਵੀ ਅੱਗੇ ਆਉਣ ਵਾਲਾ ਟਾਈਮ ਵਧੀਆ ਰਹੇ ਬੱਚਿਆਂ ਦਾ ਭਵਿੱਖ ਵਧੀਆ ਬਣਾ ਰਹੇ ਕਿਦਾਂ ਦੇਖਦੇ ਸਰ ਪੰਜਾਬ ਦੇ ਵਿੱਚ ਨਸ਼ਾ ਲਗਾਤਾਰ ਵਧਦਾ ਜਾ ਰਿਹਾ ਇੱਕ ਤਾਂ ਚਲੋ ਸਰਕਾਰ ਕੋਸ਼ਿਸ਼ ਕਰ ਰਹੀ ਹੈ ਨਿਜੀ ਤੌਰ ਤੇ ਸਾਨੂੰ ਕਿਹੜੀਆਂ ਕੋਸ਼ਿਸ਼ਾਂ ਕਰਨੀ ਚਾਹੀਦੀਆਂ ਤਾਂ ਜੋ ਨਸ਼ੇ ਨੂੰ ਜਿਹੜੀ ਹੈ ਪੰਜਾਬ ਦੇ ਵਿੱਚ ਜਿਹੜਾ ਲਗਾਤਾਰ ਵਧ ਰਿਹਾ ਉਹਨੂੰ ਠੱਲ ਪਾਈ ਜਾ ਸਕੇ ਇਹਦੇ ਵਿੱਚ ਇਸ ਤਰ੍ਹਾਂ ਹੀ ਵੀ ਸਾਰਿਆਂ ਨੂੰ ਰਲ ਮਿਲ ਕੇ ਵੀ ਆਪਣੇ ਜਿਵੇਂ ਕੋਈ ਰਿਸ਼ਤੇਦਾਰ ਹੈ ਮਿੱਤਰ ਪਿਆਰਾ ਉਹਨੂੰ ਸਮਝਾਈਏ ਵੀ ਭਾਈ ਆਪਣੇ ਬੱਚਿਆਂ ਨੂੰ ਆਪਣੇ ਅੰਡਰ ਸਮਝਾ ਕੇ ਵੀ ਉਹ ਨਸ਼ਿਆਂ ਵੱਲ ਨਾ ਜਾਣ ਉਹ ਇਹੋ ਜਿਹੇ ਕਦਮ ਨਾ ਚੁੱਕਣ ਜਿਸ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਵਾਨੀ ਖਤਮ ਨਾ ਹੋਵੇ ਆਪਣੇ ਪਰਿਵਾਰ ਨੂੰ ਅੱਗੇ ਵਧਾਉਣ ਉਹ ਕਿ ਆਪਣੀ ਪੜ੍ਹਾਈ ਵਧੀਆ ਕਰਨ। ਇਹ ਇਨ੍ਹਾਂ ਨਸਿਆਂ ਦੇ ਗੱਲ ਨਾ ਜਾਣ। ਤੇ ਇਹ ਕਾਰਨ ਕੀ ਸਮਝਦੇ ਹੋ ਪੰਜਾਬ ਦੇ ਵਿੱਚ ਕਿਉਂਕਿ ਤੁਸੀਂ ਆਪਾਂ ਹਰੇਕਾ ਇਨਸਾਨ ਨਿੱਜੀ ਤੌਰ ਤੇ ਕਿਤੇ ਨਾ ਕਿਤੇ ਜਾਗਰੂਕ ਹੁੰਦਾ ਇਸ ਬਾਰੇ ਕਿ ਕਿਉਂ ਨਸ਼ਾ ਲਗਾਤਾਰ ਪੰਜਾਬ ਦੇ ਵਿੱਚ ਵਧਦਾ ਜਾ ਰਿਹਾ। ਇਸ ਤਰ੍ਹਾਂ ਹੁੰਦਾ ਇਹ ਮਤਲਬ ਬੱਚੇ ਆ ਜਦੋਂ ਉਹ ਕਿਸੇ ਕੋਈ ਬੰਦਾ ਨਸ਼ੇ ਕਰਦਾ ਉਹਦੇ ਨਾਲ ਪਾਰਟੀ ਦੇ ਵਿੱਚ ਰਲ ਜਾਂਦੇ ਨੇ ਉਹ ਗਲਤ ਸੰਗਤ ਦੇ ਵਿੱਚ ਪੈ ਜਾਂਦੇ ਨੇ ਜੇ ਉਹਨਾਂ ਦੀ ਸੰਗਤ ਵਧੀਆ ਹੋਵੇ ਤਾਂ ਉਹ ਨਸ਼ੇ ਨਹੀਂ ਕਰਨਗੇ। ਜੇ ਆਪਣਾ ਸਾਰਾ ਹੀ ਜੇ ਮਾਹੌਲ ਸਾਫ਼ ਹੋਵੇ ਤਾਂ ਉਹ ਵੀ ਸਾਫ਼ ਸੋਚਣਗੇ। ਇਹ ਨਾ ਹੋਵੇ ਸਰਕਾਰੀ ਮੁਲਾਜ਼ਮਾਂ ਤੱਕ ਪਹੁੰਚ ਕਰਕੇ ਉਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰ ਰਹੇ ਆ ਕਿ ਸਰਕਾਰ ਨੇ ਜਿਹੜਾ ਇਹ ਫੈਸਲਾ ਕੀਤਾ ਕਿ ਹੁਣ ਡੋਪ ਟੈਸਟ ਹੋਇਆ ਕਰਨਗੇ ਸਰਕਾਰੀ ਮੁਲਾਜ਼ਮਾਂ ਦੇ ਜਾਂ ਭਰਤੀ ਹੋਵੇ ਜਾਂ ਫਿਰ ਜਦੋਂ ਉਹਨਾਂ ਦੀ ਕੋਈ ਤਰੱਕੀ ਹੋਣੀ ਹੋਵੇ ਕਿੱਦਾਂ ਦੇਖਦੇ ਨੇ ਇਸ ਚੀਜ਼ ਨੂੰ ਕੀ ਨਾਮ ਜੀ ਸਰ ਤੁਹਾਡਾ ਜਰਾ ਹਰਜਿੰਦਰ ਸਿੰਘ ਮੰਡਲ ਭੂਮੀ ਰੱਖਿਆ ਅਫਸਰ ਮੁਹਾਲੀ ਸਰ ਕਿੱਦਾਂ ਦੇਖਦੇ ਸਰਕਾਰ ਨੇ ਫੈਸਲਾ ਲਿਆ ਕਿ ਹੁਣ ਸਰਕਾਰੀ ਮੁਲਾਜ਼ਮਾਂ ਦੇ ਡੋਪ ਟੈਸਟ ਹੋਇਆ ਕਰਨਗੇ ਕਿੱਦਾਂ ਦੇਖਦੇ ਇਸ ਜੀ ਦੇਖੋ ਸਰਕਾਰ ਨੇ ਬਹੁਤ ਵਧੀਆ ਮਤਲਬ ਪਹਿਲ ਕਦਮੀ ਕੀਤੀ ਹੈ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਸਰਕਾਰੀ ਲੈਵਲ ਤੇ ਪਹਿਲਾਂ ਸ਼ੁਰੂ ਕੀਤਾ ਹੈ ਕਿ ਮੁਲਾਜ਼ਮਾਂ ਤੋਂ ਸ਼ੁਰੂਆਤ ਕੀਤੀ ਹੈ ਇਹ ਬੜੀ ਵੱਡੀ ਮਤਲਬ ਕਿ ਅਚੀਵਮੈਂਟ ਹੈ ਇੱਕ ਨਸ਼ਿਆਂ ਦੇ ਕਿਉਂਕਿ ਸਰਕਾਰੀ ਮੁਲਾਜ਼ਮ ਦਾ ਜਿਹੜਾ ਹੈ ਨਾ ਦਾਇਰਾ ਕਾਫੀ ਮ ਲੋਕਾਂ ਨਾਲ ਅੱਗੇ ਜੁੜਿਆ ਹੁੰਦਾ ਹੈ ਜੀਮੇਦਾਰਾਂ ਨਾਲ ਜਿਵੇਂ ਸਾਡੇ ਡਿਪਾਰਟਮੈਂਟ ਹੈ ਸਾਡੇ ਕੋਲ ਜੀਮੇਦਾਰਾਂ ਦੇ ਆ ਜਾਂਦੇ ਆ ਜਾਂਦੇ ਆ ਸਾਰੇ ਪਹਿਲਾਂ ਮਤਲਬ ਕਿ ਸਰਕਾਰੀ ਮੁਲਾਜ਼ਮ ਨੂੰ ਸਰਕਾਰੀ ਅਫਸਰ ਨੂੰ ਆਪਣੇ ਆਪ ਨੂੰ ਜਿਹੜਾ ਹੈ ਕਲੀਅਰ ਹੋਣਾ ਚਾਹੀਦਾ ਹੈ ਵੀ ਮੈਂ ਠੀਕ ਆ ਅੱਗੇ ਤਾਂ ਹੀ ਤਾਂ ਕੋਈ ਕੋਈ ਸੇਵ ਦੇ ਸਕਦਾ ਇਹ ਬਹੁਤ ਵੱਡਿਆ ਉਪਰਾਲਾ ਕੀਤਾ ਮੈਂ ਇਸ ਤਰ੍ਹਾਂ ਬਹੁਤ ਛਲਾਂਗਾ ਕਰਦਾ ਮੁੱਖ ਮੰਤਰੀ ਸਾਹਿਬ ਜੀ हां ਜੇ ਅਸੀਂ ਗੱਲ ਕਰੀਏ ਇੱਕ ਤਾਂ ਭਰਤੀ ਵੇਲੇ ਡੋਪ ਟੈਸਟ ਹੋਇਆ ਕਰੂਗਾ ਤੇ ਦੂਜਾ ਤਰੱਕੀ ਵੇਲੇ ਰੱਖਿਆ ਗਿਆ ਇਸ ਚੀਜ਼ ਨੂੰ ਕਿਦਾਂ ਦੇਖਦੇ ਨੇ ਤਰੱਕੀ ਵੇਲੇ ਵੀ ਡੋਪ ਟੈਸਟ ਹੋਣਾ ਜ਼ਰੂਰੀ ਤੁਹਾਡੇ ਨੇ ਹੋਰ ਜਾਣਾ ਚਾਹੀਦਾ ਜੀ ਕੋਈ ਐਡੀ ਬਡੀ ਗੱਲ ਨਹੀਂ ਹੈ ਭਰਤੀ ਵੇਲੇ ਤਾਂ ਹੁੰਦਾ ਹੀ ਹੈ ਟੈਸਟ ਪਹਿਲਾਂ ਮੈਡੀਕਲ ਹੁੰਦਾ ਸਭ ਕੁਝ ਹੁੰਦਾ ਹੈ ਤੇ ਤਰੱਕੀ ਵੇਲੇ ਵੀ ਹੋ ਜਾਣਾ ਚਾਹੀਦਾ ਕੋਈ ਮਾੜੀ ਗੱਲ ਨਹੀਂ ਹੈ ਚੰਗਾ ਜੇ ਅਸੀਂ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀਏ ਇਸ ਵਕਤ ਨਸ਼ੇ ਦੀ ਜਿਹੜੀ ਹਰ ਪਾਸੇ ਗੱਲ ਹੋ ਰਹੀ ਹੈ ਨੌਜਵਾਨ ਲਗਾਤਾਰ ਇਸ ਦੀ ਪੇਂਟ ਚੜ ਰਹੇ ਨੇ ਇਸ ਚੀਜ਼ ਨੂੰ ਕਿਦਾਂ ਦੇਖਦੇ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਦੇ ਚੱਲ ਰਿਹਾ ਹੈ ਇਹੋ ਜੀ ਕੋਈ ਗੱਲ ਨਹੀਂ ਹੈ ਨਸ਼ੇ ਨਾਲ ਮੌਤਾਂ ਵੀ ਹੋ ਰਹੀਆਂ ਪਰ ਬਹੁਤ ਹੀ ਜ਼ਿਆਦਾ ਇਨਵੋਲਵਮੈਂਟ ਮੈਂ ਇਹ ਵੀ ਸਮਝਦਾ ਕਈ ਜਿਹੜੇ ਵਿਚ ਨਾ ਕਾਰਨ ਨਸ਼ਾ ਦੱਸ ਦਿੰਦੇ ਆ ਪਰ ਕਾਰਨ ਕੋਈ ਹੋਰ ਹੁੰਦਾ ਹੈ ਮੌਤ ਦਾ ਜਿਵੇਂ ਆਪਾਂ ਇਹ ਕਹ ਲਈਏ ਵੀ ਜਿਮੇਦਾਰ ਕਰਜ਼ਾ ਕਈ ਚੱਕ ਲੰਦੇ ਆ ਜ਼ਿਆਦਾ ਕਰਜ਼ੇ ਦੇ ਵਾਲੇ ਹੁਣ ਜਿਹੜੇ ਉਸ ਵਿੱਚ ਵੀ ਕਈ ਵਾਰੀ ਉਹ ਖੁਦਗੱਜੀ ਤਾਂ ਉਸ ਤਰੀਕੇ ਨਾਲ ਕਰਦਾ ਪਰ ਉਹਨੂੰ ਨਸ਼ੇ 'ਚ ਗਿਣ ਲਿਆ ਜਾਂਦਾ ਹੈ ਮੇਰੇ ਹਿਸਾਬ ਨਾਲ ਜਿਹੜੀਆਂ ਕੋ ਜਿੰਨੀਆਂ ਕਿ ਹੁਣ ਅੱਜ ਕੱਲ੍ਹ ਅਖਬਾਰ ਦੇ ਵਿੱਚ ਖਬਰਾਂ ਇੰਨੀਆਂ ਆ ਰਹੀਆਂ ਵੀ ਇਹ ਇੰਨੀਆਂ ਨਸ਼ੇ ਕਰਕੇ ਨਹੀਂ ਇੰਨੀਆਂ ਜ਼ਿਆਦਾ ਹੋ ਰਹੀਆਂ ਇਹ ਕੋਈ ਹੋਰ ਕਾਰਨ ਵੀ ਹੈਗੇ ਜਿਹੜੇ ਉਹ ਵੀ ਮਤਲਬ ਇਹਨਾਂ ਨੂੰ ਸਰਕਾਰ ਨੂੰ ਚਾਹੀਦਾ ਜਾਂ ਆਪਾਂ ਨੂੰ ਵੀ ਉਹਦੇ ਵੀ ਮਤਲਬ ਲੱਭ ਲੈਣੇ ਚਾਹੀਦੇ ਆ ਵੀ ਕਿਸ ਕਾਰਨ ਕਰਕੇ ਜ਼ਿਮੀਂਦਾਰ ਜਿਹੜੇ ਜ਼ਿਆਦਾ ਮੋਸਟਲੀ ਤੁਸੀਂ ਦੇਖੋ ਨਾ ਜਿਹੜੀ ਖੁਦਖੁਸ਼ੀ ਹੋ ਰਹੀ ਹੈ ਜਾਂ ਕੋਈ ਮਰ ਰਹੇ ਆ ਉਹ ਸਾਰੇ ਕਿਸਾਨ ਤੇ ਜ਼ਿਮੀਂਦਾਰ ਹੀ ਮਰ ਰਹੇ ਆ ਨਸ਼ਾ ਤਾਂ ਆਪਣਾ ਸ਼ਹਿਰਾਂ ਦੇ ਵਿੱਚ ਵੀ ਹੈ ਨਾ ਸ਼ਹਿਰਾਂ ਦੇ ਵਿੱਚ ਤਾਂ ਕੋਈ ਦੇਖਿਆ ਨਹੀਂ ਅਸੀਂ ਕਦੇ ਅਖਬਾਰ ਚਾਹੇ ਵੀ ਸ਼ਹਿਰ ਚ ਕੋਈ ਨਸ਼ਾ ਕਰਕੇ ਮਰ ਗਿਆ ਪਿੰਡਾਂ ਦੇ ਕਸੰਡਾ ਦੇ ਵਿੱਚ ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਅਜਹੀਆਂ ਜਿਹੜੀਆਂ ਜਿੰਨੀਆਂ ਵੀ ਆ ਰਹੀਆਂ ਨੇ ਉਹ ਬਹੁਤ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਈਆਂ ਨੇ ਉਹਨਾਂ ਦੇ ਵਿੱਚ ਇਹੀ ਸਾਹਮਣੇ ਆਇਆ ਕਿ ਨੌਜਵਾਨ ਟੀਕਾ ਲਗਾਉਂਦੇ ਹੀ ਜਿਹੜੇ ਉਹਨਾਂ ਦੀ ਮੌਤ ਹੋਈ ਹੈ ਤੇ ਵੀਡੀਓ ਵੀ ਵਾਇਰਲ ਹੋਈਆਂ ਨੇ ਇਦਾਂ ਦੀਆਂ ਤਾਂ ਚੀਜ਼ਾਂ ਨੇ ਵੀ ਤੁਸੀਂ ਇਹ ਬਿਲਕੁਲ ਹੈ ਨੈਸ਼ਨਲ ਹੋ ਰਹੀਆਂ ਮੌਤਾਂ ਉਹ ਕਈ ਜਿਵੇਂ ਹੁਣ ਕਹਿੰਦੇ ਨਸ਼ੇ ਦੇ ਠੱਲ ਪਈ ਹੈ ਵੈਸੇ ਸਰਕਾਰ ਨੇ ਠੱਲ ਪਾਈ ਹੈ ਅੱਗੇ ਨਾਲੋਂ ਉਹ ਇਹ ਵੀ ਹੋ ਸਕਦਾ ਕੋਈ ਨਸ਼ੇ ਜਿਹੜੇ ਆ ਜਿਹੜੇ ਪਹਿਲਾਂ ਕੋਈ ਸਿੰਥੈਟਿਕ ਜਿਆਦਾ ਆਣੇ ਸ਼ੁਰੂ ਹੋ ਗਏ ਪਹਿਲਾਂ ਕੋਈ ਜਿਹੜੇ ਆਪਣੇ ਘ ਜਿਹੜੇ ਚੱਲ ਪਏ ਕੋਈ ਚਿੱਟਾ ਕਹੀ ਜਾਂਦਾ ਕੋਈ ਹੋਰ ਸਿੰਥੈਟਿਕ ਸਰਿੰਜਾਂ ਵਾਲੇ ਨਸ਼ੇ ਜਿਹੜੇ ਆਪ ਇਹਨਾਂ ਨਾਲ ਮੌਤਾਂ ਹੋ ਰਹੀਆਂ ਆ ਇਹ ਜੀ ਮਤਲਬ ਕਿ ਸਚਾਈ ਹੈ ਇਹ ਤੁਹਾਡੇ ਹਿਸਾਬ ਦੇ ਨਾਲ ਸਰਕਾਰ ਨੇ ਜਿਹੜਾ ਫੈਸਲਾ ਲਿਆ ਵਧੀਆ ਹੈ ਹਾਂ ਬਿਲਕੁਲ ਬਹੁਤ ਵਧੀਆ ਫੈਸਲਾ ਲਿਆ ਜੀ ਇਹਦੇ ਨਾਲ ਠੱਲ ਜਰੂਰ ਪਾਊਗੀ ਸਖਤੀ ਜੇ ਨਾ ਕਰੇ ਸਰਕਾਰ ਤੇ ਸਖਤੀ ਤੋਂ ਬਿਨਾਂ ਕਦੇ ਗੱਲ ਨਹੀਂ ਬਣਦੀ ਹਾਂ ਮਤਲਬ ਰਾਜ ਕਰਨ ਵਾਸਤੇ ਸਖਤੀ ਤਾਂ ਜ਼ਰੂਰੀ ਹੈ ਕਿ ਨਾਮ ਬਲਜੰਦਰ ਸਿੰਘ ਸਰ ਕਿੱਦਾਂ ਦੇਖਦੇ ਤੁਸੀਂ ਸਰਕਾਰ ਦੇ ਇਸ ਫੈਸਲੇ ਨੂੰ ਕਿ ਸਰਕਾਰੀ ਮੁਲਾਜ਼ਮਾਂ ਦਾ ਹੁਣ ਡੋਪ ਟੈਸਟ ਹਾਂਜੀ ਮੈਂ ਕਹਿੰਨਾ ਵੀ ਜਿਹੜਾ ਕੈਪਟਨ ਜੀ ਸਰਕਾਰ ਨੇ ਲਿਆ ਫੈਸਲਾ ਬਹੁਤ ਵਧੀਆ ਫੈਸਲਾ ਇਹ ਇਹ ਮਤਲਬ ਪਹਿਲਾਂ ਹੀ ਹੋ ਜਾਣਾ ਚਾਹੀਦਾ ਪਹਿਲਾਂ ਹੀ ਹੋਣਾ ਚਾਹੀਦਾ ਜੇ ਦੇਖਿਆ ਜਾਵੇ ਹੁਣ ਭਰਤੀ ਵੇਲੇ ਵੀ ਡੋਪ ਟੈਸਟ ਹੋਊਗਾ ਇਸ ਚੀਜ਼ ਨੂੰ ਕਿਦਾ ਦੇ ਦ ਬਿਲਕੁਲ ਮਤਲਬ ਪਹਿਲਾਂ ਮੈਡੀਕਲ ਹੁੰਦਾ ਸੀ ਗੱਲਾਂ ਇਹ ਡੋਪ ਟੈਸਟ ਕਰਕੇ ਪੰਜਾਬ ਸਰਕਾਰ ਇੰਡੀਆ ਦੇ ਵਿੱਚ ਇਹ ਮਤਲਬ ਬਹੁਤ ਵਧੀਆ ਇਨੀਸ਼ੀਏਟ ਲਿਆ ਇਹਨਾਂ ਨੇ ਪੰਜਾਬ ਸਰਕਾਰ ਤੇ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀਏ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਤੁਸੀਂ ਕਿਦਾਂ ਦੇਖਦੇ ਤੁਹਾਨੂੰ ਨਿਜੀ ਤੌਰ ਤੇ ਕਿੱਥਾਂ ਲੱਗਦਾ ਵੀ ਸੱਚੀ ਇੱਕ ਵਕਤ ਇਸ ਵਕਤ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਹੈ ਵੱਡੀ ਸਮੱਸਿਆ ਹੈ ਦੇਖੋ ਜੀ ਅੱਜ ਕੱਲ ਜਿਵੇਂ ਨਿਊਜ਼ ਪੜ੍ਹਦੇ ਆ ਜਾਂ ਸੋਸ਼ਲ ਮੀਡੀਆ ਤੇ ਪੜ੍ਹਦੇ ਆ ਉਸ ਦੇ ਹਿਸਾਬ ਨਾਲ ਤਾਂ ਲੱਗਦਾ ਇਹ ਮਤਲਬ ਹੈ ਪੰਜਾਬ ਚ ਨਸ਼ਾ ਪਰ ਸਾਨੂੰ ਚਾਹੀਦਾ ਮਤਲਬ ਪੇਰੈਂਟਸ ਨੂੰ ਚਾਹੀਦਾ ਤੇ ਉਹਨਾਂ ਨੂੰ ਚਾਹੀਦਾ ਸਾਡਾ ਬੱਚਾ ਕਿੱਥੇ ਜਾ ਰਿਹਾ ਉਹਨਾਂ ਦਾ ਵੀ ਬਹੁਤ ਵੱਡਾ ਰੋਲ ਹੈ ਪੇਰੈਂਟਸ ਦਾ ਇਸ ਦੇ ਵਿੱਚ ਹਾਂਜੀ ਕਿ ਮਾਤਾ ਪਿਤਾ ਨੂੰ ਵੀ ਦੇਖ ਰੇਖ ਰੱਖਣੀ ਚਾਹੀਦੀ ਕਿ ਉਹਨਾਂ ਦਾ ਬੱਚਾ ਕਿੱਧਰ ਜਾ ਰਿਹਾ ਹੈ ਇੱ ਕ੍ਰੈਡਿਟ ਟਾਈਮ ਘਰ ਆ ਰਿਹਾ ਤੇ ਸੁਪਰਵੀਜ਼ਨ ਦੀ ਬਹੁਤ ਜ਼ਿਆਦਾ ਲੋੜ ਆ ਪੇਰੈਂਟਸ ਨੂੰ ਇਸ ਕਰਕੇ ਇਹ ਮਤਲਬ ਸਾਰੇ ਜੇ ਪੇਰੈਂਟਸ ਕੰਟਰੋਲ ਕਰੂ ਗਵਰਨਮੈਂਟ ਕੰਟਰੋਲ ਕਰੂ ਤਾਂ ਇਹਦੇ ਤੇ ਆਪਾਂ ਕਾਬੂ ਪਾ ਸਕਦੇ ਆ ਕਿ ਇੱਕ ਸੰਯੁਕਤ ਕਦਮ ਹੋਣਾ ਚਾਹੀਦਾ ਕਿ ਪਰਿਵਾਰਕ ਮੈਂਬਰ ਵੀ ਤੇ ਸਰਕਾਰ ਵੀ ਫੈਸਲਾ ਕਰੇ ਹਾਂਜੀ ਹਾਂਜੀ ਬਿਲਕੁਲ ਮਿਸ ਤੇ ਸਰਕਾਰ ਦੇ ਇਸ ਕਦਮ ਨੂੰ ਕਿੱਦਾਂ ਦੇਖਦੇ ਆਂ ਵੀ ਜੇ ਅਸੀਂ ਗੱਲ ਕਰੀਏ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨਾ ਕੁ ਇਹਦਾ ਅਸਰ ਸਾਰਥਕ ਅਸਰ ਨਤੀਜੇ ਜਾਨੀ ਕਿ ਸਾਹਮਣੇ ਮੈਂ ਇਸ ਸਮਝਦਾ ਵੀ ਗਵਰਨਮੈਂਟ ਨੇ ਹੁਣ ਸਟਾਰਟ ਕੀਤਾ ਇਹ ਆਪਾਂ ਨੇ 8-10 ਦਿਨਾਂ ਦੇ ਵਿੱਚ ਬਹੁਤ ਕੰਟਰੋਲ ਹੋ ਜਾਊਗਾ ਇਸ ਚੀਜ਼ ਦਾ ਤੇ ਨਸ਼ਾ ਕਰਨ ਵਾਲਿਆਂ ਨੂੰ ਪਤਾ ਲੱਗ ਜਾਊਗਾ ਵੀ ਤੇ ਮਿਲਣ ਲੱਗਤ ਹੋਇਆ ਨਹੀਂ ਤੇ ਉਹਨਾਂ ਦੇ ਪੇਰੈਂਟਸ ਵੀ ਉਹਨਾਂ ਨੂੰ ਕਿਤੇ ਲੈ ਕੇ ਜਾਣਗੇ ਫਿਰ ਇਲਾਜ ਕਰਾਉਣ ਲਈ ਇਹਦਾ ਇੰਪੈਕਟ ਵਧੀਆ ਪਊਗਾ ਕੋਈ ਮਲਾ ਕੇ ਦੇਖਿਆ ਜਾਵੇ ਸਰਕਾਰੀ ਮੁਲਾਜ਼ਮਾਂ ਦਾ ਹੀ ਕਹਿਣਾ ਕਿ ਸਰਕਾਰ ਦੇ ਇਸ ਫੈਸਲੇ ਦਾ ਨਤੀਜੇ ਜਿਹੜੇ ਨੇ ਸਾਰਥਕ ਨਿਕਲਣਗੇ ਉਹਨਾਂ ਦਾ ਇਹ ਵੀ ਕਹਿਣਾ ਕਿ ਜੇ ਭਰਤੀ ਵੇਲੇ ਜਾਂ ਫਿਰ ਜਦੋਂ ਤਰੱਕੀ ਹੋਣੀ ਆ ਉਸ ਵੇਲੇ ਵੀ ਇਹ ਡੋਪ ਟੈਸਟ ਹੋ ਜਾਣਾ ਚਾਹੀਦਾ ਤਾਂ ਜੋ ਸਰਕਾਰ ਦੇ ਮੁਲਾਜ਼ਮ ਜਿਨ੍ਹਾਂ ਨੇ ਬਹੁਤੇ ਲੋਕਾਂ ਤੱਕ ਪਹੁੰਚ ਰੱਖਣੀ ਹੁੰਦੀ ਆ ਬਹੁਤੇ ਲੋਕਾਂ ਤੱਕ ਉਹਨਾਂ ਦਾ رابطہ ਹੋਣਾ ਹੁੰਦਾ ਆ ਉਹਨਾਂ ਦੀ ਪਹਿਲਾਂ ਉਹ ਆਪ ਸਾਫ਼ ਹੋਣੇ ਚਾਹੀਦੇ ਨੇ ਤਾਂ ਹੀ ਅੱਗੇ ਉਹ ਸਮਾਜ ਨੂੰ ਵਧੀਆ ਸੇਵ ਦੇ ਸਕਦੇ ਨੇ ਨਾਲ ਸਮਾਜ ਦੇ ਵਿੱਚ ਵਧੀਆ ਤਰੀਕੇ ਨਾਲ ਵਿਚਰ ਸਕਦੇ ਨੇ ਸਰਕਾਰੀ ਮੁਲਾਜ਼ਮਾਂ ਦਾ ਇਹੀ ਕਹਿਣਾ ਹੈ ਕਿ ਸਰਕਾਰ ਨੇ ਇਹ ਵਧੀਆ ਇਨੀਸ਼ੀਏਟਿਵ ਲਿਆ ਵਧੀਆ ਕਦਮ ਚੁੱਕਿਆ ਹੈ ਤੇ ਇਹ ਉਹਨਾਂ ਦੇ ਇਸ ਕਦਮ ਦੀ ਸ਼ਲਾਘਾ ਕਰਦੇ ਨੇ ਫਿਲਹਾਲ ਦੇਖਣਾ ਹੋਵੇਗਾ ਕਿ ਇਸ ਕਦਮ ਦਾ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨੇ ਸਾਰਥਕ ਨਤੀਜੇ ਜਿਹੜੇ ਨੇ ਨਿਕਲਦੇ ਨੇ ਤੇ ਸਰਕਾਰ ਕਿਵੇਂ ਨਸ਼ੇ ਨੂੰ ਜਿਹੜਾ ਪੰਜਾਬ ਦੇ ਵਿੱਚ ਇਸ ਵਕਤ ਵੱਡੀ ਸਮੱਸਿਆ ਬਣ ਚੁੱਕਾ ਲੋਕਾਂ ਦੇ ਲਈ ਕਿਉਂਕਿ ਘਰ-ਘਰ 70 ਵਿਛਰੇ ਨੇ ਲੋਕਾਂ ਦੀਆਂ ਨੌਜਵਾਨ ਮੌਤਾਂ ਹੋ ਰਹੀਆਂ ਨੇ ਨੌਜਵਾਨ ਬੱਚੇ ਇਸ ਦੀ ਬਲੀ ਚੜ ਰਹੇ ਨੇ ਸਰਕਾਰ ਦੇ ਇਸ ਕਦਮ ਨੂੰ ਸਰਕਾਰੀ ਮੁਲਾਜ਼ਮ ਸਹੀ ਸਮਝਦੇ ਨੇ ਹੋਰ ਲੋਕ ਕਿੱਦਾਂ ਦੇਖਦੇ ਨੇ ਜਾਂ ਸਰਕਾਰ ਇਸ ਦੇ ਕਿੱਦਾਂ ਨਾਥ-ਪਾਪ ਆਉਂਦੀ ਹੈ ਨਸ਼ੇ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ